दोस्तों आज पंजाब दे विच सब तो बड़ा जेड़ा मुद्दा है जी तो लोग दुखी ने सारे पंजाब च पिंडां दे शहरां दे कस्बें दे वो है के महंगी बिजली। अकाली दल ने अपनी सरकार वेले एग्रीमेंट किते प्राइवेट कंपनियां नाल प्राइवेट थर्मल प्लांटां वाले नाल महंगी बिजली दे ते कैप्टन दी सरकार ने 4.5 सालां च उन्हूं अगे वधाया होर भी महंगी कीती ते अज हालात यह ने कि पूरे मुल्क दे विचो सब तो महंगी बिजली पंजाब च है जबकि पंजाब बिजली पैदा करदा है। ते दूजे पासे अरविंद केजरीवाल जी ने जिस वेले दिल्ली दे विच सरकार बनाई तां सब तो महंगी बिजली दिल्ली दे विच सी हालांकि दिल्ली बिजली पैदा नहीं करती दिल्ली प्राइवेट कंपनियां तो बिजली खरीददी है। केजरीवाल जी ने ऑडिट करवाया कंपनियां दा ते अज सारे मुल्क तो सस्ती बिजली जिहड़ी है लगभग 73% जिहड़े दिल्ली दे घर ने उन्हां नूं बिजली दा जीरो बिल आउंदा है ते दिल्ली दे लोग खुश ने। साडे कोले बहुत सारे लोग आउंदे ने कि बहुत सारियां महिलावां आउंदियां ने मावां भैणां आउंदियां ने कि जी जिहड़ी साडे घर दी अद्धी तों वध कमाई तां बिजली दा बिल भरन वेली चली जांदी है ते असीं फिर घर किवें चलाईए। सो इस करके बिजली माफिया तों छुटकारा दवाउण लई अरविंद केजरीवाल जी कल चंडीगढ़ आ रहे ने ਇਹ ਕਹਿਣ ਵਾਸਤੇ ਕਿ ਐਲਾਨ ਨਹੀਂ ਹੈਗਾ ਗਰੰਟੀ ਹੈ ਕਿ ਜੇ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਹੋ ਸਕਦੀ ਹੈ ਪ੍ਰਾਈਵੇਟ ਕੰਪਨੀਆਂ ਤੋਂ ਖਰੀਦ ਕੇ ਬਿਜਲੀ ਫ੍ਰੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ। ਸੋ ਮਹਿੰਗੀ ਬਿਜਲੀ ਤੋਂ ਛੁਟਕਾਰਾ ਦਿਵਾਉਣ ਲਈ ਮੁਫਤ ਬਿਜਲੀ ਦਾ ਐਲਾਨ ਤੇ ਗਰੰਟੀ ਦੇਣ ਲਈ ਕੱਲ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਇਸ ਤੋਂ ਪਤਾ ਇਹ ਲੱਗੂਗਾ ਕਿ ਕੈਪਟਨ ਸਾਹਿਬ ਜੋ ਨਹੀਂ ਕਰ ਸਕੇ ਅਕਾਲੀ ਦਲ ਜੋ ਨਹੀਂ ਕਰ ਸਕਿਆ ਅਰਵਿੰਦ ਕੇਜਰੀਵਾਲ ਉਹ ਜੇ ਇਰਾਦਾ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਕੁਛ ਵੀ ਕਰ ਸਕਦੇ। ਸੋ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਪੰਜਾਬ ਨੂੰ ਇਸ ਬਿਜਲੀ ਮਾਫੀਆ ਤੋਂ ਛੁਟਕਾਰਾ ਦਿਵਾਉਣ ਲਈ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਜਿਸ ਤੋਂ ਲੋਕ ਦੁਖੀ ਨੇ ਸਾਰੇ ਪੰਜਾਬ ਚ ਪਿੰਡਾਂ ਦੇ ਸ਼ਹਿਰਾਂ ਦੇ ਕਸਬਿਆਂ ਦੇ ਉਹ ਹੈਗਾ ਮਹਿੰਗੀ ਬਿਜਲੀ। ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਐਗਰੀਮੈਂਟ ਕੀਤੇ ਪ੍ਰਾਈਵੇਟ ਕੰਪਨੀਆਂ ਨਾਲ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਿਆਂ ਨਾਲ ਮਹਿੰਗੀ ਬਿਜਲੀ ਦੇ ਤੇ ਕੈਪਟਨ ਦੀ ਸਰਕਾਰ ਨੇ 4.5 ਸਾਲਾਂ ਚ ਉਹਨੂੰ ਅੱਗੇ ਵਧਾਇਆ ਹੋਰ ਵੀ ਮਹਿੰਗੀ ਕੀਤੀ ਤੇ ਅੱਜ ਹਾਲਾਤ ਇਹ ਨੇ ਕਿ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਚ ਹੈ ਜਦਕਿ ਪੰਜਾਬ ਬਿਜਲੀ ਪੈਦਾ ਕਰਦਾ ਹੈ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ ਨੇ ਜਿਸ ਵੇਲੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਤਾਂ ਸਭ ਤੋਂ ਮਹਿੰਗੀ ਬਿਜਲੀ ਦਿੱਲੀ ਦੇ ਵਿੱਚ ਸੀ ਹਾਲਾਂਕਿ ਦਿੱਲੀ ਬਿਜਲੀ ਪੈਦਾ ਨਹੀਂ ਕਰਦੀ ਦਿੱਲੀ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦਦੀ ਹੈ। ਕੇਜਰੀਵਾਲ ਜੀ ਨੇ ਆਡਿਟ ਕਰਵਾਇਆ ਕੰਪਨੀਆਂ ਦਾ ਤੇ ਅੱਜ ਸਾਰੇ ਮੁਲਕ ਤੋਂ ਸਸਤੀ ਬਿਜਲੀ ਜਿਹੜੀ ਹੈ ਲਗਭਗ 73% ਜਿਹੜੇ ਦਿੱਲੀ ਦੇ ਘਰ ਨੇ ਉਹਨਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਉਂਦਾ ਹੈ ਤੇ ਦਿੱਲੀ ਦੇ ਲੋਕ ਖੁਸ਼ ਨੇ। ਸਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ ਕਿ ਬਹੁਤ ਸਾਰੀਆਂ ਮਹਿਲਾਵਾਂ ਆਉਂਦੀਆਂ ਨੇ ਮਾਵਾਂ ਭੈਣਾਂ ਆਉਂਦੀਆਂ ਨੇ ਕਿ ਜੀ ਜਿਹੜੀ ਸਾਡੇ ਘਰ ਦੀ ਅੱਧੀ ਤੋਂ ਵੱਧ ਕਮਾਈ ਤਾਂ ਬਿਜਲੀ ਦਾ ਬਿੱਲ ਭਰਨ ਵੇਲੀ ਚਲੀ ਜਾਂਦੀ ਹੈ ਤੇ ਅਸੀਂ ਫਿਰ ਘਰ ਕਿਵੇਂ ਚਲਾਈਏ। ਸੋ ਇਸ ਕਰਕੇ ਬਿਜਲੀ ਮਾਫੀਆ ਤੋਂ ਛੁਟਕਾਰਾ ਦਿਵਾਉਣ ਲਈ ਅਰਵਿੰਦ ਕੇਜਰੀਵਾਲ ਜੀ ਕੱਲ ਚੰਡੀਗੜ੍ਹ ਆ ਰਹੇ ਨੇ ਇਹ ਕਹਿਣ ਵਾਸਤੇ ਕਿ ਐਲਾਨ ਨਹੀਂ ਹੈਗਾ ਗਰੰਟੀ ਹੈ ਕਿ ਜੇ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਹੋ ਸਕਦੀ ਹੈ ਪ੍ਰਾਈਵੇਟ ਕੰਪਨੀਆਂ ਤੋਂ ਖਰੀਦ ਕੇ ਬਿਜਲੀ ਫ੍ਰੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦੀ। ਸੋ ਮਹਿੰਗੀ ਬਿਜਲੀ ਤੋਂ ਛੁਟਕਾਰਾ ਦਿਵਾਉਣ ਲਈ ਮੁਫਤ ਬਿਜਲੀ ਦਾ ਐਲਾਨ ਤੇ ਗਰੰਟੀ ਦੇਣ ਲਈ ਕੱਲ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਇਸ ਤੋਂ ਪਤਾ ਇਹ ਲੱਗੂਗਾ ਕਿ ਕੈਪਟਨ ਸਾਹਿਬ ਜੋ ਨਹੀਂ ਕਰ ਸਕੇ ਅਕਾਲੀ ਦਲ ਜੋ ਨਹੀਂ ਕਰ ਸਕਿਆ ਅਰਵਿੰਦ ਕੇਜਰੀਵਾਲ ਉਹ ਜੇ ਇਰਾਦਾ ਹੋਵੇ ਨਾ ਜੇ ਨੀਅਤ ਸਾਫ਼ ਹੋਵੇ ਤਾਂ ਕੁਛ ਵੀ ਕਰ ਸਕਦੇ। ਸੋ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਪੰਜਾਬ ਨੂੰ ਇਸ ਬਿਜਲੀ ਮਾਫੀਆ ਤੋਂ ਛੁਟਕਾਰਾ ਦਿਵਾਉਣ ਲਈ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।